मिली सी ਤੇ ਰੌਲ ਬੱਗਾ ਨਾਮ ਦਾ ਇੱਕ ਬੈਕਸੀ ਹੈ ਉਹ ਆਪਣੇ ਆਪ ਨੂੰ ਡੀਐਸਪੀ ਦੱਸ ਕੇ ਤੇ ਰੇੜੀਆਂ ਤੋਂ 버ਗਰ ਦੇ ਹੋਟਲਾਂ ਤੋਂ ਫ੍ਰੀ ਦਾ ਸਮਾਨ ਲੈਂਦਾ ਸੀ ਤੇ ਪੈ ਕਰਕੇ ਧਮਕੀ ਦੇ ਕੇ ਲੈ ਕੇ ਜਾਂਦਾ ਸੀਗਾ ਜਿਸ ਨੂੰ ਅੱਜ ਫੇਰ ਆਇਆ ਸਾਡੇ ਏਰੀਏ 'ਚ ਤੇ ਪੀਸੀਆਰ ਮੁਲਾਜ਼ਮਾਂ ਨੇ ਮਤਨਾ ਉਹਨੂੰ ਕਾਬੂ ਕੀਤਾ ਤੇ ਉਹਨੇ ਗੱਡੀ ਆਈਡੈਂਟੀ ਗੱਡੀ ਹੂਟਰ ਲਵਾਇਆ ਹੋਇਆ ਤੇ ਪ੍ਰੈਸ ਲਿਖਾਇਆ ਹੋਇਆ ਗੱਡੀ ਦੇ ਉੱਪਰ ਤੇ ਉਸ ਬੰਦੇ ਨੂੰ ਪਰਚਾ ਦੇ ਕੇ ਜੇਲ੍ਹ ਭੇਜਤਾ।